ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਤੁਹਾਡੀ ਹੋਸਟ ਅੱਜ ਦੀ ਪੰਜਾਬ ਦੀ ਪੰਜਾਬੀਅਤ ਨੂੰ ਦਰਸਾਉਣ ਦਾ ਪ੍ਰੋਗਰਾਮ ਲੈ ਕੇ ਆਈ ਹਾਂ, ਮਿਸਿਸ ਪੰਜਾਬ 2018 ਸੀਜ਼ਨ 4। ਅੱਜ ਆਪਾਂ ਦੇਖਾਂਗੇ ਕਿ ਅੱਜ ਦੀਆਂ ਮੁਟਿਆਰਾਂ ਦੇ ਵਿੱਚ ਕਿੰਨਾ ਟੈਲੈਂਟ ਹੈ, ਅਤੇ ਚਲੋ ਅੱਜੋ ਦੇਖਦੇ ਹਾਂ ਪਟਿਆਲੇ ਸ਼ਹਿਰ ਦੀਆਂ ਮੁਟਿਆਰਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਪੁੱਛਦੇ ਹਾਂ ਮੁਟਿਆਰਾਂ ਨੂੰ ਕਿ ਉਹ ਅੱਜ ਕਿੱਦਾਂ ਮਹਿਸੂਸ ਕਰ ਰਹੇ ਨੇ। ਤੁਹਾਡਾ ਨਾਮ? ਮੇਰਾ ਨਾਮ ਕੁਲਦੀਪ ਕੌਰ ਹੈ ਜੀ। ਠੀਕ ਹੈ ਜੀ, ਤੁਸੀਂ ਕਿਹਦੇ ਨਾਲ ਆਏ ਹੋ ਅੱਜ? ਮੈਂ ਆਈ ਤਾਂ ਆਪਣੇ ਹਸਬੈਂਡ ਨਾਲ, ਪਰ ਉਹ ਮੈਨੂੰ ਛੱਡ ਕੇ ਚਲੇ ਗਏ। ਓਹ, ਚਲੋ ਕੋਈ ਗੱਲ ਨਹੀਂ। ਹੋਰ ਹੁਣ ਤੁਸੀਂ ਇਕੱਲੇ ਹੋ? ਹਾਂਜੀ, ਹੁਣ ਮੈਂ ਨਹੀਂ ਹਾਂ, ਮੇਰੇ ਫਰੈਂਡਸ ਹੈਗੇ ਨਾਲ। ਅੱਛਾ, ਤੁਹਾਡੇ ਫਰੈਂਡਸ ਨਾਲ ਨੇ, ਵਾਹ, ਉਹਨਾਂ ਨੂੰ ਵੀ ਮਿਲਦੇ ਹਾਂ ਆਪਾਂ। ਅਤੇ ਤੁਹਾਨੂੰ ਇੱਥੇ ਆਉਣ ਲਈ ਕਿਹਨੇ ਉਤਸ਼ਾਹਿਤ ਕੀਤਾ? ਫੇਸਬੁੱਕ ਨੇ। ਫੇਸਬੁੱਕ ਨੇ, ਮਤਲਬ ਘਰ ਦੇ ਵਿੱਚੋਂ ਤੁਹਾਨੂੰ ਕਿਹਨੇ ਮੋਟੀਵੇਟ ਕੀਤਾ ਕਿ ਹਾਂ ਮੈਨੂੰ ਇਸ ਪਲੈਟਫਾਰਮ 'ਚ ਜਾਣਾ ਚਾਹੀਦਾ ਵਾ? ਉਹ ਤਾਂ ਮੇਰੇ ਹਸਬੈਂਡ, ਮੰਮਾ, ਮੇਰੇ ਸਾਰੇ ਹੀ ਨਾਲ, ਮਤਲਬ ਮੈਨੂੰ ਸਪੋਰਟ ਕਰਦੇ ਆ। ਮਦਰ ਇਨ ਲਾਅ, ਮੇਰੀ ਸਿਸਟਰ ਇਨ ਲਾਅ, ਸਾਰੇ ਕਹਿੰਦੇ ਆ ਕਿ ਤੁਸੀਂ ਜਾਓ ਇੱਕ ਵਾਰੀ ਕੁਛ। ਵਧੀਆ, ਇਨ ਲਾਅਸ ਫੈਮਿਲੀ ਬਹੁਤ ਮੋਟੀਵੇਟ ਕਰਦੀ ਹੈ ਇਹਨਾਂ ਨੂੰ। ਚਲੋ ਜੀ, ਹੁਣ ਆਪਾਂ ਅੱਗੇ ਵੱਧਦੇ ਹਾਂ। ਤੁਸੀਂ ਵੀ ਪਾਰਟਿਸਪੈਂਟ ਹੋ ਜੀ? ਹਾਂਜੀ। ਤੁਹਾਡਾ ਨਾਮ? ਮੇਰਾ ਨਾਮ ਪ੍ਰੋਮਿਲਾ ਹੈ। ਹਾਂਜੀ, ਪ੍ਰੋਮਿਲਾ। ਓਕੇ, ਪ੍ਰੋਮਿਲਾ ਜੀ, ਤੁਸੀਂ ਕਿੱਥੋਂ? ਮੈਂ ਪਟਿਆਲਾ ਪਟਿਆਲੇ ਸ਼ਹਿਰ ਤੋਂ ਹੀ ਹਾਂ। ਠੀਕ ਹੈ ਜੀ, ਤੁਸੀਂ ਕਿਵੇਂ ਆਏ ਇੱਥੇ? ਮੇਰੀ ਫਰੈਂਡ ਲੈ ਕੇ ਆਈ ਹੈ। ਤੁਹਾਡੀ ਫਰੈਂਡ ਲੈ ਕੇ ਆਈ ਹੈ ਜੀ, ਅਤੇ ਘਰੋਂ ਤੁਹਾਨੂੰ ਕੌਣ ਮੋਟੀਵੇਟ ਕਰਦਾ ਵਾ? ਬਿਟੀਆ, ਬੇਟੀ। ਤੁਹਾਡੀ ਬੇਟੀ ਕਹਿੰਦੀ ਆ ਕਿ ਹਾਂਜੀ ਮੰਮੀ ਜੀ ਤੁਸੀਂ ਕੁਛ ਕਰ ਸਕਦੇ ਹੋ, ਰਾਈਟ? ਠੀਕ ਹੈ ਜੀ, ਤੁਸੀਂ ਅੱਜ ਕੀ ਟੈਲੈਂਟ ਸ਼ੋਅ ਕਰਨਾ ਆਪਣਾ? ਵੈਸੇ ਮੈਨੂੰ ਗਾਣੇ ਬਹੁਤ ਪਸੰਦ ਹੈ, ਕੋਈ ਵੀ ਗਾਣਾ ਸੁਣਾ ਦੂੰਗੀ। ਠੀਕ ਹੈ, ਓਕੇ, ਵੈਰੀ ਨਾਈਸ। ਹੈਲੋ। ਹਾਂਜੀ, ਤੁਹਾਡਾ ਨਾਮ? ਮੇਰਾ ਨਾਮ ਰਜਨੀ ਵਰਮਾ ਹੈ। ਠੀਕ ਹੈ, ਤੁਸੀਂ ਵੀ ਪਟਿਆਲੇ ਸ਼ਹਿਰ ਤੋਂ? ਹਾਂਜੀ, ਮੈਂ ਪਟਿਆਲੇ ਸ਼ਹਿਰ ਤੋਂ ਹੀ ਹਾਂ। ਠੀਕ ਹੈ, ਕੀ ਕਹਿਣਾ ਚਾਹੋਗੇ ਤੁਸੀਂ ਇਸ ਸ਼ੋਅ ਬਾਰੇ? ਮੈਂ ਸ਼ੋਅ ਬਾਰੇ ਇਹ ਕਹਿਣਾ ਚਾਹਾਂਗੀ, ਵਧੀਆ, ਬਹੁਤ ਵਧੀਆ ਮੌਕਾ ਮਿਲਿਆ ਵਿਆਹੀਆਂ ਹੋਈਆਂ ਮੁਟਿਆਰਾਂ ਨੂੰ ਕਿ ਉਹ ਆਪਣੇ ਘਰ ਦੀ ਰਸੋਈ ਤੋਂ ਬਾਹਰ ਨਿਕਲ ਕੇ ਆਪਣਾ ਹੁਨਰ ਦਿਖਾ ਸਕਣ। ਬਹੁਤ ਖੂਬ, ਬਿਲਕੁਲ ਸਹੀ ਗੱਲ ਕਹੀ ਆ। ਇਹ ਪਲੈਟਫਾਰਮ ਉਹਨਾਂ ਲਈ ਆ ਕਿ ਜਿਹੜੀਆਂ ਪਹਿਲਾਂ ਵਿਆਹ ਤੋਂ ਪਹਿਲਾਂ ਕੁਛ ਨਹੀਂ ਕਰ ਸਕਦੀਆਂ ਸੀਗੀਆਂ, ਅੱਜ ਉਹ ਵਿਆਹ ਤੋਂ ਬਾਅਦ ਉਹਨਾਂ ਦੇ ਕਈ ਇਨ-ਲਾਅਸ, ਚਾਹੇ ਸਹੁਰਾ ਹੋ ਜਾਣ, ਚਾਹੇ ਸਾਸੂ ਹੋਵੇ, ਚਾਹੇ ਘਰ ਵਾਲਾ ਹੋਵੇ, ਸਭ ਸਪੋਰਟ ਕਰਦੇ ਨੇ, ਇਸ ਲਈ ਆ ਸਾਰੇ ਅੱਜ ਇਸ ਪਲੈਟਫਾਰਮ 'ਤੇ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ। ਮੇਰਾ ਨਾਮ ਮਨੀ ਸੇਠ ਹੈ, ਮੈਂ ਫਤਿਹਗੜ੍ਹ ਸਾਹਿਬ ਤੋਂ ਬਿਲੋਂਗ ਕਰਦੀ ਹਾਂ, ਔਰ ਮੈਂ ਆਪਣਾ ਸੈਲੂਨ ਚਲਾ ਰਹੀ ਹਾਂ, ਔਰ 9 to 9 ਜਿਹੜਾ 9 to 9 ਕਲੱਬ ਐਂਟਰਟੇਨਮੈਂਟ ਹੈ, ਮੈਂ ਇਹਦਾ ਬਹੁਤ ਆਭਾਰੀ ਹਾਂ, ਕਿਉਂਕਿ ਇਹਨਾਂ ਨੇ ਸਾਨੂੰ ਇੱਕ ਐਸਾ ਪਲੇਟਫਾਰਮ ਦਿੱਤਾ ਜਿੱਥੇ ਲੇਡੀਜ਼ ਜਿਹੜੀਆਂ ਮੈਰਿਡ ਨੇ ਉਹ ਆ ਕੇ ਆਪਣਾ ਟੈਲੈਂਟ ਸ਼ੋਅ ਕਰ ਸਕਦੀਆਂ ਨੇ, ਜੋ ਘਰ 'ਚ ਬੈਠ ਕੇ ਕਿਸੇ ਨੂੰ ਨਹੀਂ ਪਤਾ ਲੱਗਦਾ ਉਹ ਇੱਥੇ ਆ ਕੇ ਆਪਣੇ ਟੈਲੈਂਟ ਨੂੰ ਨਿਖਾਰਦੇ ਨੇ, ਔਰ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦੀ ਹਾਂ। ਥੈਂਕ ਯੂ। ਬਹੁਤ ਖੂਬ, ਤੁਸੀਂ ਕਿੰਨਾ ਨਾਲ ਆਏ ਹੋ ਜੀ? ਮੈਂ ਆਪਣੇ ਹਸਬੈਂਡ ਨਾਲ ਆਈ ਹਾਂ ਜੀ। ਬਹੁਤ ਵਧੀਆ ਗੱਲ ਹੈ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹਸਬੈਂਡ ਆਪਣੀ ਵਾਈਫਸ ਨੂੰ ਬਹੁਤ ਹੌਸਲਾ ਦਿੰਦੇ ਨੇ ਕਿ ਹਾਂ ਤੂੰ ਅੱਗੇ ਵੱਧ। ਥੈਂਕ ਯੂ। ਹੈਲੋ, ਮੇਰਾ ਨਾਮ ਅਰਚਨਾ ਹੈ, ਮੈਂ ਚੰਡੀਗੜ੍ਹ ਤੋਂ ਆਈ ਹਾਂ। ਚੰਡੀਗੜ੍ਹ ਤੋਂ ਆਏ ਨੇ ਜੀ? ਹਾਂਜੀ। ਐਂਡ ਮੈਂ ਮਤਲਬ ਬਹੁਤ ਖੁਸ਼ ਹਾਂ ਇੱਥੇ ਆ ਕੇ, ਮਤਲਬ ਮੈਨੂੰ ਬਹੁਤ ਕੁਛ ਦੇਖਣ ਨੂੰ ਮਿਲ ਰਿਹਾ, ਮਤਲਬ ਪਹਿਲੀ ਵਾਰ ਮੈਂ ਇੱਦਾਂ ਦਾ ਪਲੈਟਫਾਰਮ ਫੇਸ ਕਰ ਰਹੀ ਹਾਂ, ਔਰ ਮੈਂ 9 to 9 ਐਂਟਰਟੇਨਮੈਂਟ ਦਾ ਬਹੁਤ ਥੈਂਕਸ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇਹ ਪਲੈਟਫਾਰਮ ਦਿੱਤਾ। ਠੀਕ ਹੈ, ਬਹੁਤ ਖੂਬ, ਤੁਸੀਂ ਇੱਥੇ ਕਿੰਨਾ ਨਾਲ ਆਏ ਹੋ? ਮੈਂ ਆਪਣੇ ਹਸਬੈਂਡ ਨਾਲ ਆਈ ਹਾਂ। ਓਕੇ, ਵੈਰੀ ਨਾਈਸ, ਵੈਰੀ ਨਾਈਸ, ਵੈਰੀ ਪ੍ਰਾਊਡ ਆਫ ਦੇ ਹਸਬੈਂਡਸ। ਹਾਂਜੀ, ਮੇਰਾ ਨਾਮ ਸ਼ਾਲੂ ਹੈ, ਮੈਂ ਪਟਿਆਲੇ ਤੋਂ ਹੀ ਆਈ ਹਾਂ। ਮੈਨੂੰ ਵੀ ਹਸਬੈਂਡ ਇੱਥੇ ਛੱਡ ਗਏ ਨੇ, ਅਤੇ ਹੁਣ ਮੇਰੀ ਸਿਸਟਰ ਇਨ ਲਾਅ ਮੇਰੇ ਨਾਲ ਹੈ। ਚਲੇ ਗਏ ਨੇ, ਦੇਖ ਲਓ, ਸਿਸਟਰ ਇਨ ਲਾਅ ਔਰ ਮੇਰਾ ਇੱਕ ਸਨ, ਉਹ ਮੇਰੇ ਨਾਲ ਹੈ। ਸਿਸਟਰ ਇਨ ਲਾਅ, ਵੈਰੀ ਨਾਈਸ, ਬਹੁਤ ਸਪੋਰਟ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਮੈਮ, ਮੈਂ ਵੀ ਪਟਿਆਲਾ ਤੋਂ ਹੀ ਹਾਂ ਜੀ। ਓਕੇ, ਬਹੁਤ। ਹਾਂਜੀ, ਅਤੇ ਮੇਰੇ ਵੀ ਹਸਬੈਂਡ ਬੱਚਿਆਂ ਕੋਲ ਨੇ ਹੁਣ, ਇਸ ਕਰਕੇ ਡਰੋ ਕਰਕੇ ਚਲੇ ਗਏ। ਮੈਨੂੰ ਪਤਾ ਲੱਗਿਆ ਇਸ ਸ਼ੋਅ ਬਾਰੇ ਸਾਨੂੰ, ਮੈਮ ਨੇ ਦੱਸਿਆ ਸੀਗਾ ਜੈਜ ਅਕੈਡਮੀ ਵਾਲੇ। ਹਾਂਜੀ, ਇਹਨਾਂ ਨਾਲ ਥੋੜ੍ਹਾ ਇਨ ਟੱਚ ਰਹੀਦਾ, ਜਿਵੇਂ ਬੱਚੇ ਕਦੀ ਬੱਚਿਆਂ ਦਾ ਕਦੀ ਆਪ, ਮਤਲਬ ਥੋੜ੍ਹਾ। ਹਾਂਜੀ, ਚਲੋ, ਬਹੁਤ ਅੱਛੇ ਹੈ। ਹਾਂਜੀ, ਆਲ ਦੀ ਬੈਸਟ। ਹਾਂਜੀ, ਥੈਂਕ ਯੂ ਸੋ ਮਚ। ਹੈਲੋ, ਹਾਏ ਜੀ, ਤੁਹਾਡਾ ਜੀ? ਮੇਰਾ ਨਾਮ ਰੀਤੂ ਮਦਾਨ ਹੈ, ਮੈਂ ਉਰੇ ਜਿਮ ਕਰਦੀ ਹਾਂ। ਓਕੇ, ਹਾਂ, ਤਾਂ ਮੈਡਮ ਨੇ ਮੈਨੂੰ ਦੱਸਿਆ ਸੀ ਇਸ ਬਾਰੇ, ਤਾਂ ਮੈਨੂੰ ਬਹੁਤ ਅੱਛਾ ਲੱਗਿਆ, ਜਿਵੇਂ ਕਿ ਮੇਰੀ ਫਰੈਂਡਸ ਨੇ ਕਿਹਾ ਹੀ ਹੈ ਕਿ ਕਿਚਨ 'ਚੋਂ ਬਾਹਰ ਨਿਕਲ ਕੇ ਆਪਾਂ ਉਰੇ ਆਏ ਹਾਂ, ਤਾਂ ਇਹ ਮੈਮ ਦਾ ਹੀ ਬਹੁਤ ਵੱਡਾ ਹੱਥ ਹੈ, ਪਕੌੜੇ ਨਾ ਬਣਾਓ, ਇੱਧਰ ਆਓ। ਬਿਲਕੁਲ ਸਹੀ ਗੱਲ ਕਹੀ ਹੈ, ਬਿਲਕੁਲ ਸਹੀ ਗੱਲ। ਚਲੋ, ਬਹੁਤ ਵਧੀਆ। ਹੈਲੋ ਮੈਮ, ਮੈਂ ਮੇਰੇ ਹਸਬੈਂਡ ਹੀ ਡਰੋਪ ਕਰਕੇ ਗਏ ਹੈ, ਔਰ ਮੇਰੇ ਡਰੋਪ ਕਰਕੇ ਚਲੇ ਗਏ, ਜਿੱਦਾਂ ਕਿ ਤੁਸੀਂ ਸੁਣ ਰਹੇ ਹੋ ਸਾਰੇ, ਬਿਕੋਜ਼ ਉਹਨਾਂ ਦਾ ਵੀ ਸਕਿਊਡਿਊਲ ਬਹੁਤ ਜ਼ਿਆਦਾ ਬਿਜ਼ੀ ਹੈ। ਔਰ ਮੈਂ ਇੱਕ ਵੈਸੇ ਪ੍ਰੋਫੈਸ਼ਨ ਅਸਿਸਟੈਂਟ ਪ੍ਰੋਫੈਸਰ ਹਾਂ ਮੈਂ, ਔਰ ਰੀਸੈਂਟਲੀ ਮੇਰੀ 1 ਈਅਰ ਦੀ ਬੇਟੀ ਹੈ, ਅਤੇ ਉਸਨੂੰ ਮੈਂ ਘਰ ਛੱਡ ਕੇ ਆਈ ਹਾਂ। ਵੈਰੀ ਨਾਈਸ, ਇਸ ਟੈਲੈਂਟ ਨੂੰ ਆਪਾਂ ਇਸ ਪਲੈਟਫਾਰਮ ਨੂੰ ਇੰਨੀ ਅਹਿਮੀਅਤ ਦਿੱਤੀ ਕਿ ਇਹਨਾਂ ਨੇ ਆਪਣੀ ਬੇਟੀ ਵੀ ਘਰੇ ਛੱਡ ਕੇ ਆਏ ਨੇ। ਵੈਰੀ ਨਾਈਸ, ਆਲ ਦੀ ਬੈਸਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਵਨੀਤ ਹੈ, ਐਂਡ ਆਮ ਫਰੋਮ ਲੁਧਿਆਣਾ, ਐਂਡ ਵੀ ਆਲ ਆਰ ਗ੍ਰੇਟਫੁਲ ਟੂ 9 to 9 ਐਂਟਰਟੇਨਮੈਂਟ ਚੈਨਲ ਕਿ ਤੁਸੀਂ ਸਾਨੂੰ ਇੱਕ ਪਲੈਟਫਾਰਮ ਦਿੱਤਾ ਆ, ਐਂਡ ਆਈ ਐਮ ਵੈਰੀ ਫੋਰਚੁਨੇਟ ਬਿਕੋਜ਼
ਵਿਆਹ ਤੋਂ ਪਹਿਲਾਂ ਵੀ ਮੈਨੂੰ ਮੇਰੇ ਪੇਰੈਂਟਸ ਬਹੁਤ ਸਪੋਰਟ ਕਰਦੇ ਸੀਗੇ ਐਂਡ ਹੁਣ ਵੀ ਮੈਂ ਬਹੁਤ ਲੱਕੀ ਹਾਂ ਬਿਕੋਜ਼ ਮੇਰੇ ਹਸਬੈਂਡ ਮੈਨੂੰ ਫੋਰਸਫੁਲੀ ਲੈ ਕੇ ਆਏ ਨੇ ਕਿ ਯੂ ਹੈਵ ਟੂ ਪਾਰਟੀਸਪੇਟ ਵੈਰੀ ਨਾਈਸ ਜਿਹੜੇ ਹਸਬੈਂਡ ਆਪਣੀ ਵਾਈਫਸ ਨੂੰ ਮੋਟੀਵੇਟ ਕਰਕੇ ਇਹੋ ਜਿਹੇ ਪਲੈਟਫਾਰਮ 'ਤੇ ਆਉਣ ਦਿੰਦੇ ਨੇ ਉਹ ਬਹੁਤ ਹੀ ਵਧੀਆ ਗੱਲ ਆਪਾਂ ਉਹਨਾਂ ਦੇ ਹਸਬੈਂਡ ਨੂੰ ਜ਼ਰੂਰ ਮਿਲਣਾ ਚਾਹਵਾਂਗੇ ਪਲੀਜ਼ ਮੈਂ ਬਹੁਤ ਖੁਸ਼ ਹੁੰਦਾ ਜਦ ਇਹਨੂੰ ਕੁਛ ਕਰਦੇ ਹੋਏ ਦੇਖਦਾ ਅਤੇ ਹਮੇਸ਼ਾ ਇਹਨੂੰ ਅੱਗੇ ਵੱਧਦਾ ਦੇਖਦਾ ਚਾਹੁੰਦਾ ਅਤੇ ਇੱਥੇ ਤੱਕ ਲੈ ਕੇ ਆਉਣ ਲਈ ਸ਼ਾਇਦ ਮੈਨੂੰ ਕਦੇ ਬਹੁਤ ਜ਼ਿਆਦਾ ਇਹਦੀ ਪ੍ਰੈਕਟਿਸ ਕਰਾਉਣਾ ਦੇਰ ਦੇਰ ਰਾਤ ਤੱਕ ਬਹੁਤ ਦੇਰ ਤੱਕ ਰਾਤ ਕਰਾਂ ਬਹੁਤ ਅੱਛੀ ਗੱਲ ਹੈ ਬਹੁਤ ਬਹੁਤ ਵਧੀਆ ਲੈਸਨ ਆ ਉਹਨਾਂ ਲਈ ਜਿਹੜੇ ਹਸਬੈਂਡਸ ਆਪਣੀ ਵਾਈਫਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਬਹੁਤ ਵਧੀਆ ਆਈ ਐਮ ਵੈਰੀ ਪ੍ਰਾਊਡ ਆਫ ਯੂ ਆਲ ਮੈਂ ਆਪਣੇ ਹਸਬੈਂਡ ਦੀ ਵਜ੍ਹਾ ਕਰਕੇ ਅੱਜ ਮੈਂ ਬਹੁਤ ਵਧੀਆ ਪਲੇਟਫਾਰਮ 'ਤੇ ਆਈ ਹਾਂ ਔਰ ਪਹਿਲਾਂ ਵੀ ਮੈਂ ਅੱਗੇ ਜਾਂਦੀ ਰਹਿੰਦੀ ਹਾਂ ਮੈਂ ਆਪਣੇ ਹਸਬੈਂਡ ਦੀ ਵਜ੍ਹਾ ਨਾਲ ਜਾਂਦੀ ਹਾਂ ਦੈਟਸ ਵੈਰੀ ਨਾਈਸ ਥੈਂਕ ਯੂ ਸੋ ਮੱਚ ਹੁਣ ਪਟਿਆਲੇ ਸ਼ਹਿਰ ਦੀਆਂ ਮੁਟਿਆਰਾਂ ਨੂੰ ਦੇਖਦੇ ਹਾਂ ਬੋਲੀ ਪਾਉਂਦੇ ਹੋਏ ਆ ਜਾਈਏ ਜੀ ਚੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਚੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਮੀਆਂ ਨੱਚ ਨੱਚ ਤਰਤ ਹਲਾਉਣਗੀਆਂ ਅੱਜ ਕਿਤੇ ਵਿੱਚ ਅੱਜ ਖਾਣ ਇਹਨਾਂ ਤੋਂ ਕਿ ਕੌਣ ਮਿਸਿਸ ਪੰਜਾਬ ਤੇ ਕੌਣ ਮਿਸਿਸ ਪਟਿਆਲਾ ਬਣਨਾ ਚਾਹੁੰਦੀ ਆ ਹਾਂਜੀ ਕੌਣ ਬਣਨਾ ਚਾਹੁੰਦਾ ਮਿਸਿਸ ਪਟਿਆਲਾ ਪਟਿਆਲਾ ਕੌਣ ਬਣਨਾ ਚਾਹੁੰਦੀ ਆ ਬਾਤ ਹੈ ਇਹ ਜੋਸ਼ ਦੇਖ ਕੇ ਲੱਗਦਾ ਕਿ ਹਰ ਕੋਈ ਜਿੱਤ ਕੇ ਹੀ ਜਾਊਗਾ ਇੱਥੇ ਚਲੋ ਜੀ ਅੱਗੇ ਵੱਧਦੇ ਹੋਏ ਆਪਾਂ ਦੇਖਦੇ ਹਾਂ ਹੁਣ ਅੱਗੇ ਇਹਨਾਂ ਦਾ ਟੈਲੈਂਟ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਆਏ ਹਾਂ ਮਿਸਿਸ ਪੰਜਾਬ 2018 ਸੀਜ਼ਨ 4 ਕਰਵਾਉਣ ਪਟਿਆਲਾ ਸ਼ਹਿਰ ਦੇ ਵਿੱਚ ਅਤੇ ਸਾਡੇ ਨਾਲ ਨੇ ਐਕਟਰ ਅਤੇ ਡਾਇਰੈਕਟਰ ਮਿਸਟਰ ਗੌਰਵ ਨਾਗਪਾਲ ਆਈਏ ਉਹਨਾਂ ਨੂੰ ਪੁੱਛਦੇ ਹਾਂ ਉਹ ਕਿੱਦਾਂ ਦਾ ਮਹਿਸੂਸ ਕਰ ਰਹੇ ਨੇ ਪਹਿਲਾਂ ਤਾਂ ਬਿਗ ਥੈਂਕਸ ਟੂ 929 ਐਂਟਰਟੇਨਮੈਂਟ ਜੀ ਮੈਨੂੰ ਸ਼ੋਅ ਦਾ ਹਿੱਸਾ ਬਣਾਉਣ ਲਈ ਅਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਸ਼ੋਅ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੇ ਹੁੰਦੇ ਨੇ ਬਟ ਇੱਕ ਵਿਆਹੀ ਹੋਈਆਂ ਲੇਡੀਜ਼ ਨੂੰ ਓਪਰਚੁਨਿਟੀ ਦੇਣ ਲਈ ਜਿਹੜੇ ਆ ਪਲੈਟਫਾਰਮ ਇਹ ਰੈਡੀ ਕੀਤਾ ਬਹੁਤ ਬਹੁਤ ਵਧਾਈ ਦੇ ਪਾਤਰ ਬਣਦੇ ਨੇ ਸਾਰੀ ਟੀਮ ਦੇ ਔਰਗਨਾਈਜ਼ਰ ਸੋ ਬਹੁਤ ਵਧੀਆ ਪਲੈਟਫਾਰਮ ਆ ਕਿ ਇਹ ਨਹੀਂ ਕਿ ਇਹ ਸਿਰਫ ਇੱਥੇ ਤੱਕ ਹੀ ਸੀਮਿਤ ਰਹਿ ਜਾਣਾ ਜਿਹੜੀਆਂ ਵੀ ਵਿਨਰਸ ਹੁੰਦੀਆਂ ਜਿਹੜੀਆਂ ਵੀ ਸਟੇਜ 'ਤੇ ਕੁੜੀਆਂ ਆਉਂਦੀਆਂ ਜਾਂ ਲੇਡੀਜ਼ ਆਉਂਦੀਆਂ ਉਹ ਅੱਗੇ ਵੀ ਇਨ ਫਿਊਚਰ ਦੇ ਵਿੱਚ ਬਹੁਤ ਸਾਰਾ ਕੰਮ ਬਹੁਤ ਸਾਰੀ ਸਕਸੈਸ ਇੱਥੋਂ ਪਾ ਕੇ ਜਾਂਦੀਆਂ ਬਿਕੋਜ਼ ਇੱਕ ਸਟੇਜ ਲਾਈਫ ਦੇ ਵਿੱਚ ਇਹੋ ਜਿਹੀ ਚੀਜ਼ ਹੁੰਦੀ ਹੈ ਸਟੇਜ ਤੋਂ ਜੇ ਤੁਸੀਂ ਜਿੱਤੋ ਹਾਰੋ ਦੈਟਸ ਅ ਡਿਫਰੈਂਟ ਥਿੰਗ ਬਟ ਜੇ ਤੁਸੀਂ ਸਟੇਜ ਦੇ ਉੱਪਰ ਇੱਕ ਵਾਰੀ ਆਉਂਦੇ ਹੋ ਤੁਸੀਂ ਐਟਲੀਸਟ ਆਪਣੇ ਨਾਲ ਕੌਨਫੀਡੈਂਸ ਲੈਵਲ ਗੇਨ ਕਰਕੇ ਜਾਂਦੇ ਹੋ ਸੋ ਮੇਰੇ ਵੱਲੋਂ ਇੱਕ ਵਾਰੀ ਫਿਰ ਸਾਰੀ ਟੀਮ ਨੂੰ ਬੈਸਟ ਵਿਸ਼ਿਜ਼ ਮੁਬਾਰਕਾਂ ਜਿਨ੍ਹਾਂ ਨੇ ਇੰਨਾ ਵਧੀਆ ਪਲੈਟਫਾਰਮ ਅਰੇਂਜ ਕਰਾਇਆ ਸਪੈਸ਼ਲੀ ਫੋਰ ਮੈਰਿਡ ਵੂਮੈਨਸ ਅਤੇ ਮੈਰਿਡ ਵੂਮੈਨਸ ਜਿਨ੍ਹਾਂ ਨੇ ਵੀ ਪਾਰਟੀਸਪੈਂਟਸ ਜਿਹੜੇ ਇੱਥੇ ਆਏ ਨੇ ਉਹਨਾਂ ਦੇ ਘਰਦਿਆਂ ਨੂੰ ਬਹੁਤ ਬਹੁਤ ਵਧਾਈ ਦੇ ਪਾਤਰ ਬਣਦੇ ਨੇ ਕਿਉਂਕਿ ਉਹਨਾਂ ਦੇ ਘਰਦਿਆਂ ਦੀ ਸਪੋਰਟ ਕਰਕੇ ਉਹ ਇੱਥੇ ਅੱਜ ਇਸ ਪਲੈਟਫਾਰਮ 'ਤੇ ਖੜ੍ਹੇ ਨੇ ਸੋ ਇੱਕ ਚੀਜ਼ ਨਾਲ ਨਹੀਂ ਪੂਰੀ ਟੀਮ ਸਟਰੋਂਗ ਚਾਹੀਦੀ ਹੈ ਤਾਂ ਹੀ ਚੀਜ਼ ਵਧੀਆ ਬਣਦੀ ਹੁੰਦੀ ਹੈ ਸੋ ਔਰਗਨਾਈਜੇਸ਼ਨ ਟੀਮ ਬਹੁਤ ਵਧੀਆ ਹੈ ਅਤੇ ਜਿਹੜੇ ਇੱਥੇ ਪਾਰਟੀਸਪੈਂਟਸ ਆਉਂਦੇ ਨੇ ਉਹਨਾਂ ਦੇ ਪੇਰੈਂਟਸ ਬਹੁਤ ਸਪੋਰਟਿਵ ਨੇ ਅਤੇ ਕੁੱਲ ਮਿਲਾ ਕੇ ਚੀਜ਼ ਬਹੁਤ ਵਧੀਆ ਇੱਕ ਪਲੈਟਫਾਰਮ 'ਤੇ ਇੱਕ ਰੇਡੀ ਹੋਈ ਹੈ ਬਹੁਤ ਵਧੀਆ ਇਵੈਂਟ ਹੈ ਅਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬੈਸਟ ਵਿਸ਼ਿਜ਼ ਜੀ ਥੈਂਕ ਯੂ ਜੀ ਜਿੱਦਾਂ ਕਿ ਇਹ ਮਿਸਿਸ ਪੰਜਾਬ ਬਹੁਤ ਵਧੀਆ ਟੈਲੈਂਟ ਆ ਵਿਆਹੀਆਂ ਹੋਈਆਂ ਔਰਤਾਂ ਲਈ ਮੁਟਿਆਰਾਂ ਲਈ ਸੋਹਣੀਆਂ ਮੁਟਿਆਰਾਂ ਲਈ ਜੋ ਵਿਆਹ ਤੋਂ ਪਹਿਲਾਂ ਆਪਣਾ ਟੈਲੈਂਟ ਨਹੀਂ ਸ਼ੋਅ ਕਰ ਸਕੀਆਂ ਉਹ ਅੱਜ ਕਰਨਗੀਆਂ ਥੈਂਕ ਯੂ ਸੋ ਮੱਚ ਜੀ ਥੈਂਕ ਯੂ
ਤੁਹਾਡੀ ਦੋਸਤ ਹਰਮੰਦਰ ਕੌਰ ਪੰਜਾਬ ਦੀ ਪੰਜਾਬੀਅਤ ਵਿੱਚੋਂ ਲੈ ਕੇ ਆਏ ਹਾਂ ਅਸੀਂ ਪੰਜਾਬੀ ਮੁਟਿਆਰਾਂ ਨੂੰ ਪਟਿਆਲੇ ਸ਼ਹਿਰ ਦੇ ਵਿੱਚ ਅਤੇ ਅੱਜ ਅਸੀਂ ਆਨਰ ਕਰਦੇ ਹਾਂ ਗੈਸਟ ਆਫ ਆਨਰ ਮਿਸਟਰ ਗੌਰਵ ਨਾਗਪਾਲ ਅਤੇ ਦੂਸਰੇ ਹੈਗੇ ਨੇ ਮਿਸਿਜ਼ ਸਮ੍ਰਿਤੀ ਅਰੋੜਾ ਜੋ ਕਿ ਮਿਸਿਜ਼ ਪੰਜਾਬ 2017 ਰਹਿ ਚੁੱਕੀ ਨੇ ਕੀਤੀ ਹਾਂ ਕਿ ਮੇਰੇ ਲਈ ਇਹ ਕਿ ਮੈਂ ਇੱਕ ਆਈਡੈਂਟੀਫਿਕੇਸ਼ਨ ਲੈ ਕੇ ਜਾਵਾਂ
ਮਤਲਬ ਮੈਂ ਉਹ ਨਹੀਂ ਹੈ ਕਿ ਜਿਹਦੇ ਜੋ ਭੀੜ ਖੜੀ ਹੋਵਾਂ ਉਹ ਹੋਵਾਂ ਜਿਹਦੇ ਲਈ ਭੀੜ ਖੜੀ ਹੋਵੇ ਤਾਂ ਮੈਨੂੰ ਇਹ ਲੱਗਦਾ ਕਿ ਇਹ ਮੇਰਾ ਪਹਿਲਾ ਪੜਾਅ ਹੋ ਸਕਦਾ ਜਿਹੜੀ ਉਹ ਡਾਂਸਿੰਗ ਹੈ ਅਤੇ ਮੈਂ ਗੱਲ ਕਹਾਂਗੀ ਕਿ ਮੇਰਾ ਇੱਕ ਸਪਨਾ ਹੈ ਮਤਲਬ ਕਿ ਮੈਂ ਮਿਸ ਪੰਜਾਬੀ ਪੀਟੀ ਸੀ ਪੰਜਾਬ ਬਣਨਾ ਚਾਹੁੰਦੀ ਸੀ ਉਹ ਤਾਂ ਪੂਰਾ ਨਹੀਂ ਹੋਇਆ ਮੈਂ 12 ਸਾਲ ਤੋਂ ਸੋਚਦੀ ਆ ਰਹੀ ਹਾਂ ਵੀ ਮੈਂ ਜਾਣਾ ਪਰ ਕਿਸੇ ਹਾਲਾਤ ਕਰਕੇ ਨਹੀਂ ਜਾ ਸਕੀ ਪਰ ਹੁਣ ਮੈਂ ਫੇਸਬੁੱਕ 'ਤੇ ਦੇਖਿਆ ਕਿ ਮਿਸਿਸ ਪੰਜਾਬ ਵੀ ਹੈਗਾ ਫਿਰ ਮੈਂ ਸੋਚਿਆ ਬਸ ਹੁਣ ਤਾਂ ਜਾਣਾ ਹੀ ਜਾਣਾ ਬਣੋ ਦੇਖੀ ਜਾਏਗੀ ਫਿਰ ਮੈਂ ਆਪਣੀ ਮਦਰ ਇਨ ਲਾਅ ਨੂੰ ਕਿਹਾ ਕਿ ਅੰਦਰ ਜਾ ਤੂੰ ਆਪਣਾ ਸਪਨਾ ਪੂਰਾ ਕਰ ਅਤੇ ਅੱਜ ਮੈਂ ਇੱਥੇ ਹਾਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਪਰਮਿੰਦਰ ਸਰ ਦਾ ਇਹਨਾਂ ਦੀ ਮੈਂ ਜਾਨ ਖਾਈ ਹੋਈ ਸੀ ਸੱਚੀ ਪਟਿਆਲੇ ਕਦੋਂ ਆਉਣਾ ਪਟਿਆਲੇ ਕਦੋਂ ਆਉਣਾ ਇਹ ਕਹਿੰਦੇ ਹੁੰਦੇ ਸੀ ਮੈਮ ਵੇਟ ਕਰ ਲਓ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਮੇਰਾ ਸਪਨਾ ਪੂਰਾ ਹੋ ਗਿਆ ਥੈਂਕ ਯੂ ਸੋ ਮਚ ਸ਼ਾਲੂ ਹਾਂਜੀ ਸ਼ਾਲੂ ਅਗਰ ਆਪ ਮਿਸਿਸ ਪੰਜਾਬ ਦਾ ਟਾਈਟਲ ਵਿਨ ਕਰ ਲੈਂਦੀ ਹੈ ਹਾਂਜੀ ਤੋ ਆਪਕੋ ਕਿੰਨੀ ਖੁਸ਼ੀ ਹੋਊਗੀ ਟੌਪ ਆਫ ਦਾ ਵਰਲਡ ਮੈਮ ਮਤਲਬ ਕਿ ਮੇਰਾ ਸਭ ਕੁਛ ਇਹੀ ਹੈ ਮੈਨੇ ਸਪਨਾ ਇਹ ਹੀ ਦੇਖਿਆ ਕਿ ਮਿਸ ਪੀਟੀ ਸੀ ਪੰਜਾਬ ਬਣਨਾ ਮਤਲਬ ਕਿ ਮੇਰਾ ਸਪਨਾ ਜ਼ਿੰਦਗੀ ਦਾ ਜੋ ਸੋਚਿਆ ਵਾ ਨਾ ਕਿ ਆਪ ਮਿਸਿਸ ਪੰਜਾਬ ਬਣ ਗਈ ਮੈਂ ਇੱਕ ਫੇਮਸ ਪਰਸਨੈਲਿਟੀ ਮੇਰਾ ਪੂਰਾ ਹੋ ਗਿਆ ਥੈਂਕ ਯੂ ਸੋ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਤੁਹਾਨੂੰ ਬੋਲੀ ਆਉਂਦੀ ਹੈ ਹਾਂਜੀ ਪਾ ਲੈਂਦੇ ਹਾਂ ਕੋਈ ਵੀ ਪਵਾ ਲਈ ਹਾਂਜੀ ਜੁੱਤੀ 'ਤੇ ਬੋਲੀ ਆਉਂਦੀ ਜੁੱਤੀ ਦੇ ਆਪਣੇ ਵੱਲੋਂ ਪੜ੍ਹ ਕੇ ਚਲੋ ਮੈਂ ਕੁੜੀਆਂ ਦੇ ਇਸ ਪੰਜਾਬ ਦੀ ਮੇਰੇ ਮੁਖ ਤੇ ਵਰਦਾਨ ਮੈਨੂੰ ਜੋਬਨ ਚੜਿਆ ਰੱਜ ਕੇ ਤਾਇਓ ਕਹਿਣ ਬਹਿਸ਼ਕਾ ਦੀ ਜਦੋਂ ਗਿੱਧੇ ਦੇ ਵਿੱਚ ਨੱਚਦੀ ਮੈਂ ਨੱਚਦੀ ਮੈਨੂੰ ਵੱਖਰਾ ਚੜੇ ਸਰੂ ਮੈਂ ਕਿਹਾ ਸੀ ਮੈਂ ਆਪਣੇ ਵੱਲੋਂ ਪਾਣੀ ਮੈਂ ਗਿੱਧੇ ਵਿੱਚ ਨੱਚਾਂ ਸੂਰਜ ਵੀ ਮੱਥਾ ਟੇਕਦਾ ਜਦ ਮੈਂ ਗਿੱਧੇ ਵਿੱਚ ਨੱਚਾਂ ਸੂਰਜ ਵੀ ਮੱਥਾ ਟੇਕਦਾ ਪਟਿਆਲੇ ਜੱਟੀ ਨੱਚੇ ਬਲੇ 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 ਪਟਿਆਲੇ ਜੱਟੀ ਨੱਚੇ ਲੁਧਿਆਣਾ ਧੜਫੜ ਵੇਖਦਾ ਪਟਿਆਲੇ ਜੱਟੀ ਨੱਚੇ ਲੁਧਿਆਣਾ ਧੜਫੜ ਵੇਖਦਾ ਨੀ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਸਾਰਾ ਪੱਟ ਸੁੱਟਿਆ ਪਟਿਆਲਾ ਨੀ ਮੁੰਡਾ ਮਰਜੂ ਵਰਤਿਆਵਾ ਦੇ ਜਾ ਚੱਕੇ ਨੀ ਕੁੜੀਏ ਖੱਬੀ ਅੱਖ ਦੇ ਥਲੇ ਦਿਲ ਕਾਲਾ ਕਰਦਾ ਵਾਕੇ ਨੀ ਕੁੜੀਏ ਖੱਬੀ ਅੱਖ ਦੇ ਥਲੇ ਦਿਲ ਕਾਲਾ ਕਰਦਾ ਵਾਕੇ ਨੀ ਕੁੜੀਏ ਪਟਿਆਲੇ ਦੇ ਬਹੁਤ ਫੇਮਸ ਪਟਿਆਲੇ ਦੇ ਗਾਣੇ ਬਹੁਤ ਨੇ ਪਟਿਆਲਾ ਪੈਗ ਵੀ ਬਹੁਤ ਮਸ਼ਹੂਰ ਆ ਉਹਦੇ ਵੀ ਕਈ ਗਾਣੇ ਨੇ ਮੈਂ ਤਾਂ ਸਾਰੇ ਹੈ ਨਾ ਗੱਲ ਕਰ ਰਹੀ ਪਟਿਆਲੇ ਦਾ ਪੈਗ ਵੀ ਬਹੁਤ ਮਸ਼ਹੂਰ ਆ ਵੈਸੇ ਹਾਂ ਇੰਜਰੀ ਫੋਰ ਹੈਲਥ ਹੈ ਨਾ ਬ੍ਰੇਕਿੰਗ ਕਰਨਾ ਗਲਤ ਹੈ ਬਟ ਸਟਿਲ ਮਤਲਬ ਪਟਿਆਲੇ ਵੀ ਮਸ਼ਹੂਰ ਲੋਕ ਕਰਦਾ ਸੋ ਕੁਸ਼ਨ ਥੈਂਕ ਯੂ Thank you.
ਬਰਥ ਮੇਰਾ ਹਰਿਆਣੇ ਦਾ ਫਤਿਆਬਾਦ ਦਾ ਬੀਏ ਮੈਂ ਕੀਤੀ ਹੋਈ ਹੈ ਮੈਮ ਅਤੇ 1 ਈਅਰ ਕੋਰਸ ਇਨ ਫੈਸ਼ਨ ਡਿਜ਼ਾਇਨਿੰਗ ਅਤੇ ਹੋਰ ਮੇਰੀ ਇੱਕ ਡਾਟਰ ਹੈ 7 ਈਅਰਸ ਦੀ ਐਂਡ ਮੈਂ ਪਹਿਲਾਂ ਆਪਣੇ ਕਾਲਜ ਟਾਈਮ ਦੇ ਵਿੱਚ ਪਰਫੋਰਮੈਂਸ ਕਰਦੀ ਸੀ ਸਿੰਗਿੰਗ ਦੇ ਵਿੱਚ ਵੀ ਡਾਂਸਿੰਗ 'ਚ ਵੀ ਅਤੇ ਮਤਲਬ ਕਦੇ ਕਦੇ ਥੋੜ੍ਹੀ ਥੋੜ੍ਹੀ ਮਿਮਿਕਰੀ ਦਾ ਵੀ ਥੋੜ੍ਹਾ ਜਿਹਾ ਸੀਗਾ ਸ਼ੌਂਕ ਅਤੇ ਬਸ ਮੈਮ ਇਹੀ ਪਰ ਅੱਗੇ ਮਤਲਬ ਕੋਈ ਪਲੇਟਫਾਰਮ ਮਤਲਬ ਉਹ ਸਾਡਾ ਸ਼ਹਿਰ ਥੋੜ੍ਹਾ ਛੋਟਾ ਹੋਣ ਕਰਕੇ ਹਰਿਆਣੇ ਉੱਥੇ ਥੋੜ੍ਹਾ ਲਾਈਕ ਨਹੀਂ ਸੀ ਮਤਲਬ ਐਵੇਂ ਦਾ ਕੋਈ ਮਿਲਿਆ ਨਹੀਂ ਪਲੇਟਫਾਰਮ ਇੱਥੇ ਮੇਰੇ ਹਸਬੈਂਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਇਸ ਵਾਸਤੇ ਕਿ ਯੂ ਕੈਨ ਡੂ ਦਿਸ ਸੋ ਉਹਨਾਂ ਨੇ ਮੈਨੂੰ ਕਿਹਾ ਐਪਰੀਸ਼ੀਏਟ ਕੀਤਾ ਮੇਰੇ ਸਿਸਟਰ ਇਨ ਲਾਅ ਵੀ ਮੰਮਾ ਨੇ ਵੀ ਸਾਰੇ ਮਤਲਬ ਕਹਿੰਦੇ ਕਿ ਤੁਸੀਂ ਜਾਓ ਤੁਸੀਂ ਅੱਛਾ ਆਪਣਾ ਪਰਫੋਰਮੈਂਸ ਦੇ ਕੇ ਆਓ ਥੈਂਕ ਯੂ ਸ਼ੀਸ਼ਾ ਕਵੇ ਕਿ ਹਾਂ ਤੁਸੀਂ ਸੋਹਣੇ ਲੱਗ ਰਹੇ ਹੋ ਮਤਲਬ ਉਹੀ ਫੈਸ਼ਨ ਹੈ ਮਤਲਬ ਅਕੋਰਡਿੰਗਲੀ ਬਸ ਮਤਲਬ ਕਿ ਪਾਇਆ ਜਿਹੜਾ ਤੁਹਾਡੇ ਜੱਜ ਦੇ ਉਹ ਫੈਸ਼ਨ ਹੈ In your point of view, what is the importance of family? Ma'am, family da ta har passe hi role hai ma'am. Family to bina si survive nahi te matlab kuch hai hi nahi family to bina. Family to backbone hai saadi matlab har passe matlab parivar bas backbone ma'am ki jis to bina matlab assi kehne social life de vich bhi survive nahi kar sakte. ਚਲੋ ਮੁੰਡੇ ਵੀ ਆਉਂਦੇ ਨੇ ਸਲੂਨ 'ਚ ਹਾਂਜੀ ਚਲੋ ਮੇਕਅਪ ਤਾਂ
ਕਰਵਾਉਂਦੇ ਕਰਵਾਉਂਦੇ ਦੇਖੋ ਉਸ ਕਿਟ ਨੂੰ ਮੇਕਅਪ ਵੀ ਕਰਵਾਉਂਦੇ ਫੇਸ਼ੀਅਲ ਕਰਵਾਉਣਾ ਸਕਿਨ ਟ੍ਰੀਟਮੈਂਟ ਲੈਣੇ ਦੈਟਸ ਓ ਜਸਟ ਨੋਟ ਸਰ ਉਹ ਨਾ ਮੇਕਅਪ ਵੀ ਕਰਵਾਉਂਦੇ ਨੇ ਉਹ ਕਹਿੰਦੇ ਕਿ ਸਾਨੂੰ ਥੋੜਾ ਬੇਸ ਲਗਾ ਦਿਓ ਅਸੀਂ ਵੀ ਸੋਹਣੇ ਲੱਗੀਏ ਤੇ ਚਲੋ ਇਹਦਾ ਉਹ ਇੱਕ ਫਨ ਸੀਗਾ ਇੱਕ ਕੁਐਸਚਨ ਹੈ ਮੇਰਾ ਹਾਂਜੀ ਇੱਕ ਸਕਸੈਸਫੁਲ ਹੋਮ ਇੱਕ ਸਕਸੈਸਫੁਲ ਪਰਸਨ ਦੇ ਪਿੱਛੇ ਦੋ ਚੀਜ਼ਾਂ ਕੁਛ ਵੀ ਦੱਸੋ ਕਿ ਇੱਕ ਪਰਸਨ ਦੇ ਸਕਸੈਸ ਹੋਣ ਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਬੰਦੇ 'ਚ ਚਾਹੀਦੀਆਂ ਕੁਛ ਕੁਛ ਵੀ ਹੋ ਸਕਦੀਆਂ ਦੋ ਚੀਜ਼ਾਂ ਇੱਕ ਸਕਸੈਸਫੁਲ ਪਰਸਨ ਦੇ ਵਿੱਚ ਕਿਹੜੀਆਂ ਕੁਆਲਿਟੀਜ਼ ਜੋ ਹੋਣੀਆਂ ਚਾਹੀਦੀਆਂ ਇੱਕ ਜਿਹੜਾ ਸਕਸੈਸਫੁਲ ਪਰਸਨ ਜਿਹੜਾ ਹੋਣਾ ਚਾਹੀਦਾ ਉਹਦੇ ਵਿੱਚ ਦੋ ਚੀਜ਼ਾਂ ਇਹ ਹੋਣੀ ਚਾਹੀਦੀ ਇੱਕ ਉਹਦਾ ਕੰਫੀਡੈਂਸ ਹੋਣਾ ਚਾਹੀਦਾ ਉਹਦੇ ਕੋਲ ਪੈਸਾ ਹੋਵੇ ਨਾ ਹੋਵੇ ਜੇ ਉਹਦੇ ਕੋਲ ਕੰਫੀਡੈਂਸ ਆ ਉਹਦੇ ਕੋਲ ਇੰਨੀ ਕੁ ਆਪਣੇ ਆਪ 'ਚ ਪਾਵਰ ਹੈਗੀ ਉਹ ਕੁਛ ਕਰ ਸਕਦਾ ਤਾਂ ਉਹ ਜ਼ਰੂਰ ਸਕਸੈਸ ਹੁੰਦਾ ਮੈਂ ਇਹ ਹੀ ਕਹਿਣਾ ਚਾਹੁੰਦੀ ਸੀ ਸੈਟਿੰਗ ਇੱਕ ਹੋਰ ਚੀਜ਼ ਹਾਂਜੀ ਸਰ ਇੱਕ ਕੰਫੀਡੈਂਸ ਦੇ ਉਸ ਤੋਂ ਬਾਅਦ ਦੋ ਚੀਜ਼ਾਂ ਦੱਸੋ ਪਟਿਆਲਾ ਸ਼ਹਿਰ ਜੋ ਮਸ਼ਹੂਰ ਹੈ ਪਰਾਂਦਿਆਂ ਦਾ ਨਾਲਿਆਂ ਦਾ ਸੋਹਣੀਆਂ ਨਾਰਾਂ ਤੇ ਸ਼ਾਹੀ ਮੁਟਿਆਰਾਂ ਦਾ ਨਾਲ ਪੰਜਾਬੀ ਜੁੱਤੀਆਂ ਦਾ ਤੇ ਸ਼ਾਹੀ ਸਲਵਾਰਾਂ ਦਾ ਪਟਿਆਲਾ ਸ਼ਾਹੀ ਤੇ ਪਟਿਆਲਾ ਤੇ ਇੱਕ ਰਾਜੇ ਮਹਾਰਾਜਿਆਂ ਦੀ ਵੀ ਕੰਟਰੀ ਮੰਨਿਆ ਜਾਂਦਾ ਸਿਟੀ ਮੰਨਿਆ ਜਾਂਦਾ ਉਹ ਵੀ ਇੱਕ ਚੀਜ਼ ਤੁਸੀਂ ਗਲਤ ਕਹਿ ਗਏ ਸ਼ਾਹੀ ਸਰਦਾਰਾਂ ਦਾ ਤੁਸੀਂ ਆਪ ਦੱਸੋ ਕਿ ਇੱਕ ਚੀਜ਼ ਗਲਤ ਕਹਿ ਗਏ ਪੰਜਾਬੀ ਜੁੱਤੀ ਕਿਹਾ ਪਟਿਆਲਾ ਦੀ ਹੈ ਜੁੱਤੀ ਜਿਹੜੀ ਹੈਗੀ ਉਹ ਮੁਕਤਸਰ ਦੀ ਹੈ ਪਟਿਆਲਾ ਦੀ ਸਾਡੇ ਗਾਣਾ ਬਣ ਗਿਆ ਪਟਿਆਲੇ ਵਾਲਾ ਜੁੱਤੀ ਵਾਲਾ ਪਰ ਜਿਹੜੀ ਜੁੱਤੀ ਮਸ਼ਹੂਰ ਹੈ ਫੇਮਸ ਹੈ ਉਹ ਮੁਕਤਸਰ ਦੀ ਮਸ਼ਹੂਰ ਹੈ ਪਰ ਪਟਿਆਲੇ ਤੋਂ ਵੀ ਬਹੁਤ ਜਾਣੇ ਜੁੱਤੀਆਂ ਲੈ ਕੇ ਜਾਂਦੇ ਜੁੱਤੀਆਂ ਸਾਰੇ ਸ਼ਹਿਰ ਪੰਜਾਬੀ ਜੁੱਤੀ ਸਾਰੇ ਸ਼ਹਿਰਾਂ 'ਚ ਮਿਲਦੇ ਜਿੱਥੇ ਮਰਜ਼ੀ ਤੁਸੀਂ ਚਲੇ ਜਾਓ ਥੈਂਕ ਯੂ ਬੋਲੀ ਸੁਣਾ ਦੀਜੀ ਵੈਸੇ ਮੇਰੇ ਸੇ ਇੱਕ ਵਾਰ ਕਿਸੀ ਨੇ ਪੂਛਾ ਥਾ ਊੜਾ ਆੜਾ ਇਸ ਸਹਾ ਕਿਆ ਹੋਤਾ ਹੈ ਤਾਂ ਮੁਝੇ ਵਹੀ ਸੁਣਾ ਦੀਜੀ ਊੜਾ ਆੜਾ ਪੀੜੀ ਸਸਾ ਹਾ ਕੁੱਤਾ ਕੁੱਤਾ ਗੱਗਾ ਗੱਗਾ ਨਈਆ ਤੱਤਾ ਤੱਤਾ ਗੱਗਾ ਗੱਗਾ ਨੰਨਾ ਪਹਿਲਾ ਕੱਠਾ ਗੱਗਾ ਗੱਗਾ ਨਾੜਾ ਚਲੋ ਯਾਦ ਹੀ ਕਰ ਤੁਹਾਨੂੰ ਮਾੜਾ ਮੋਟਾ ਯਾਦ ਹੈ ਇੰਨਾ ਬਹੁਤ ਆਦਿ ਲੈ ਨੰਬਰ ਨਹੀਂ ਕੱਟਾਂਗੇ ਇੰਨਾ ਸੁਣਾ ਦਾ ਬਹੁਤ ਆ ਥੈਂਕ ਯੂ ਸੋ